बिस्मिल्लाह रहमान रहीम, अस्सलामु अलैकुम रहमतुल्लाहि व बरकातुहू। अल्लाह ताला की रहमत करम फज़ल शुक्र दे नाल अपना अज्दाए व्लॉग शुरू करिए। दसो जुम्मतुल मुबारक दा दिन जा रहा, जुम्मा पढ़न। पिछला जुम्मा पढ़िया सी आपां वड्डी मस्जिद च अड्डिया विच। अज मैं गया कोई ऐसा जुम्मा जिहड़ा ना घर दा काम करन दिया, ते चलो इत्थे अपना चौधरी टाउन च करीबी मस्जिद च पढ़ लैने आ। जा रहा विचों दी शॉर्टकट पैदल ही। ਮੈਨੂੰ ਲੱਗਦਾ ਮੈਂ ਟਾਈਮ ਨਾਲ ਆ ਗਿਆ, ਜੁੱਤੀਆਂ ਹੀ ਤਿੰਨ ਚਾਰ ਨੇ ਪਈਆਂ ਬਸ ਹਜੇ। ਅਲਹਮਦੁਲਿਲਾ ਜੀ, ਜੁਮਾ ਪੜ੍ਹ ਲਿਆ, ਜਾ ਰਿਹਾ ਘਰ ਨੂੰ ਜਨਾਬ ਵਾਲੀ। ਕੱਲ ਸ਼ਾਮ ਦਾ ਮੌਸਮ ਚੰਗਾ, ਰੱਬ ਨੇ ਠੰਡਾ ਕੀਤਾ, ਹਨੇਰੀ ਬਾਰਿਸ਼ ਵੀ ਆਈ ਸੀ ਤੇ ਹਨੇਰੀ ਵੀ ਆਈ ਸੀ, ਚੰਗਾ ਮੌਸਮ ਹੈ ਕੱਲ ਸ਼ਾਮ ਦਾ ਪਿਆਰਾ ਜਿਹਾ। ਛੱਪੜ ਉੱਧਰਲਾ ਬੰਦ ਹੋਇਆ, ਬਾਜ਼ਾਰ 'ਚ ਲੱਗ ਗਿਆ। ਹੋ ਰਿਹਾ ਜੀ ਆਪਣਾ ਪਿਆਰਾ ਜਿਹਾ ਘਰ, ਮਾਸ਼ਾਅੱਲਾ ਤਬਾਰਕ ਅੱਲਾਹ। ਇਹ ਰਿਹਾ ਜੀ ਆਪਣਾ ਦੁਪਹਿਰ ਦਾ ਖਾਣਾ, ਅਲਹਮਦੁਲਿਲਾ ਬਿਸਮਿਲ੍ਲਾ ਕਰੀਏ ਜੀ। ਹਾਏ ਹਾਏ ਹਾਏ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਇੱਧਰੋਂ ਹੈਲਪ ਕਰਾ ਦਿਓ ਥੋੜ੍ਹੀ ਜਿਹੀ, ਕਿਆ ਬਾਤ ਹੈ। ਬੋਟੀ ਤਾਂ ਚੁੱਕ ਲੈਂਦੇ, ਬੁਰਕੀ ਦੇ ਵਿੱਚ ਪੂਰੀ ਵੀ ਨਹੀਂ ਨਾ ਹੈ, ਤਾਂ ਮੈਂ ਉਹ ਵੀ ਆਖਣਿਆ। ਬਿਸਮਿਲ੍ਲਾ ਕਰੀਏ ਜੀ, ਆਪਣਾ ਖਾਣਾ ਖਾਈਏ, ਮਜ਼ੇ ਲਈਏ। ਖਾਣਾ ਦੁਪਹਿਰ ਦਾ ਖਾ ਕੇ ਅਲਹਮਦੁਲਿਲਾ ਬੜਾ ਮਜ਼ਾ ਆਇਆ, ਬਿਲਕੁਲ ਫੁੱਲ ਹੋ ਕੇ ਰੱਜ ਕੇ ਖਾਧਾ ਖਾਣਾ ਦੁਪਹਿਰ ਦਾ, ਅਲਹਮਦੁਲਿਲਾ। ਉਸ ਤੋਂ ਬਾਅਦ ਜਨਾਬ ਵਾਲੀ ਸੁਬਾਹ ਦਾ ਮੈਂ ਲੱਗਾ ਸੀ ਕਰਨ ਡਿਆ ਸੀ ਆ ਸਾਰਾ ਨਾ ਕੰਮ, ਇੱਥੇ ਰੋੜਿਆਂ ਦੀ ਢੇਰੀ ਪਈ ਸੀ, ਤੁਹਾਨੂੰ ਪਤਾ ਹੀ ਹੈ ਇਹ ਦੁਰਮਰ ਜਿਹੜਾ ਨਾ ਇਹਦੇ ਨਾਲ ਲਾ ਕੇ ਇੱਥੇ ਟੇਕ ਲਾਈ ਸੀ ਰੋੜਿਆਂ ਦੇ ਨਾਲ। ਰੋੜਿਆਂ ਦੀ ਢੇਰੀ ਜਿਹੜੀ ਉਹਨਾਂ ਦੇ ਵਿੱਚੋਂ ਜਿਹੜੇ ਸਹੀ ਸਹੀ ਰੋੜੇ ਨੇ ਉਹ ਪਰੇ ਕੱਢ ਕੇ ਰੱਖੇ ਨੇ, ਬਕਾਇਆ ਜਿਹੜੀ ਨਾ ਸਾਰੀ ਰੋੜੀ ਕੁੱਟ ਕੇ ਅਤੇ ਜਨਾਬ ਵਾਲੀ ਇੱਥੇ ਪਾ ਦਿੱਤੀ ਆਪਣੀ ਬੈਠਕ ਵਾਲੀ ਜਗ੍ਹਾ 'ਤੇ। ਮਿੱਟੀ ਸਿੱਟੀ ਅਤੇ ਸਾਰੀ ਦੁਰਮਣ ਮਾਰ ਕੇ ਕੁੱਟ ਕੇ ਆਪਾਂ ਉਹ ਕੇ ਕਰਤੀ ਸੀ, ਅਤੇ ਰੋੜੀ ਵੀ ਹੁਣ ਅਲਹਮਦੁਲਿਲਾ ਪੈ ਗਈ ਹੈ, ਬਕਾਇਆ ਦੀ ਰੋੜੀ ਕੁਛ ਕੁੱਟੀ ਪਈ। ਜੁੰਮੇ ਦਾ ਟਾਈਮ ਹੋ ਗਿਆ, ਜੁੰਮਾ ਪੜੇ ਚੁਰ ਗਏ, ਆਹ ਥੋੜ੍ਹੇ ਜਿਹੇ ਰੋੜੇ ਜਿਹੜੇ ਕੋਈ ਕੁੱਟਣੇ ਨੇ, ਕੋਈ ਸਿੱਟਾਂ ਉੱਤੇ ਸਾਫ਼ ਕਰਕੇ ਉੱਧਰ ਰੱਖ ਦੇਣੇ, ਮੁੜ ਕੇ ਉਹ ਰੋੜੇ ਜੋੜ ਕੇ ਇੱਕ ਜਗ੍ਹਾ 'ਤੇ ਰੱਖਣੇ ਸਾਈਡ 'ਤੇ, ਅਤੇ ਆਹ ਜਿਹੜੀ ਰੋੜੀ ਹੈ ਇਹਨੂੰ ਕੰਧ ਦੇ ਨਾਲ ਇੱਥੇ ਲਾ ਕੇ ਰੱਖ ਦਿੰਦੇ ਹਾਂ, ਤਾਂ ਕਿ ਬਾਹਰ ਪੈ ਜਾਵੇਗੀ। ਇੱਥੇ ਜਿਹੜਾ ਰੈਂਪ 'ਤੇ ਵੇ, ਤੁਹਾਨੂੰ ਮੈਂ ਰੈਂਪ ਵੀ ਦਿਖਾਉਂਦਾ ਵਾਂ, ਇਹ ਦੇਖਦੇ ਰੈਂਪ ਦੇ ਉੱਤੇ ਨਾ ਮਿੱਟੀ ਪੈਣ ਵਾਲੀ ਹੈ, ਮਿੱਟੀ ਪੈ ਕੇ ਕੁੱਟੀ ਜਾਏਗੀ, ਇਹ ਜਿਹੜੀ ਮਿੱਟੀ ਫਾਲਤੂ ਬਚੀ ਹੈ ਨਾ ਇਹ ਸਾਰੀ ਇੱਥੇ ਪੈ ਜਾਏਗੀ ਅਤੇ ਕੁੱਟੀ ਜਾਏਗੀ, ਅਤੇ ਜਦੋਂ ਇੱਥੇ ਸਾਰੀ ਮਿੱਟੀ ਪੈ ਕੁੱਟੀ ਗਈ ਅਤੇ ਇਹ ਜਿਹੜੀ ਆਪਾਂ ਦੀ ਰੋੜੀ ਹੋਏਗੀ ਨਾ ਅਜ਼ਾਫੀ ਜਿਹੜੀ ਇੱਥੇ ਆਪਾਂ ਰੱਖਣੀ ਜਮ੍ਹਾਂ ਕਰਕੇ, ਉਹ ਸਾਰੀ ਚੁੱਕ ਕੇ ਇੱਥੇ ਪਾ ਕੇ ਫਿਰ ਉੱਤੇ ਨਾ ਬਜਰੀ ਸੀਮਿੰਟ ਪਾ ਕੇ ਸੇਮ ਉੱਦਾਂ ਦਾ ਹੀ ਕੱਚਾ ਕਰਕੇ ਨਾ ਰੈਪ ਕਰਕੇ ਆਪਣਾ ਰੈਂਪ ਯੈਸ ਕਰ ਦਾਂਗੇ। ਇੱਧਰ ਵਾਪਸ ਆ, ਤੂੰ ਹੀ ਨਿਕਲ ਗਈ ਮੇਰੇ ਪਿੱਛੇ ਪਿੱਛੇ। ਅੱਧ ਵਿੱਚ ਘਰ ਹੀ ਕੰਮ ਛੱਡ ਕੇ ਜੁੰਮੇ ਦਾ ਟਾਈਮ ਹੋ ਗਿਆ, ਜੁੰਮਾ ਪੜ੍ਹਨ ਜਾਣਾ ਪਿਆ, ਅਤੇ ਹੁਣ ਜਨਾਬ ਵਾਲੀ ਕੱਪੜੇ ਚੇਂਜ ਕਰਕੇ ਜਿਹੜਾ ਕੰਮ ਜਿੱਥੇ ਛੱਡ ਕੇ ਗਏ ਹਾਂ ਉੱਥੋਂ ਗਾਂ ਕੰਟੀਨਿਊ ਕਰਕੇ ਇਹਨੂੰ ਫਾਈਨਲ ਕਰੀਏ, ਠੀਕ ਹੈ। ਹੈਂ ਕੀ ਚੀਜ਼ੀ? ਮੈਂ ਨਾ ਇਹਨਾਂ ਨੂੰ ਸੁਬਾਹ ਦੀ ਚੀਜ਼ ਦਾ ਲਾ ਲਿਆ, ਮੈਂ ਅੱਛਾ ਲਿਆ ਕੇ ਦੇਣਾ ਲਿਆ ਕੇ ਦੇਣਾ ਲਿਆ ਕੇ ਦੇਣਾ, ਅਤੇ ਬਸ ਇੱਦਾਂ ਹੀ ਇਹ ਹੁਣ ਚੀਜ਼ੀ ਚੀਜ਼ੀ ਕਰੀ ਜਾਂਦੇ। ਮੈਂ ਕਿਹਾ ਚਲੋ ਕੱਪੜੇ ਬਾਅਦ 'ਚ ਹੀ ਬਦਲਣਾ ਵਾ, ਪਹਿਲਾਂ ਇਹਨਾਂ ਨੂੰ ਚੀਜ਼ੀ ਲਿਆ ਕੇ ਦੇਣਾ। ਚਲੋ ਤੁਰੋ ਜਨਾਬ ਵਾਲੀ। ਲੋ ਜੀ ਲੋ ਜੀ ਲੋ ਜੀ ਲੋ ਜੀ,
ਐਛਾ ਪਿੱਛੇ ਹੋ ਵੱਡੇ ਗੱਡੀ ਨੂੰ ਅੱਗੇ ਲੱਗਣ ਦੇ। ਬਾਰੇ ਪਾਪਾ ਨੂੰ ਪਾਪਾ ਚੀਜ਼ ਲੈ ਕੇ ਦਿੱਤੀ ਨੀ ਪਾਪਾ ਨੇ? ਹਾਂ ਉਹ ਵੇ ਭਈਏ ਦੇ ਕੋਲ ਚੀਜ਼, ਹੈਂ ਭਈਆ ਦੇ ਕੋਲ ਚੀਜ਼ ਨੀ ਵੇਖਣ ਦੀ? ਉਹ ਵੇ ਭਈਆ ਕਹਿੰਦਾ ਚੀਜ਼। ਚਲੋ ਤੁਰੋ 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 ਤੁਰੋ, ਗਰਮੀ ਆ ਜਾਣੀ। ਅੱਲਾ ਦੇ ਬੰਦਿਆ ਧੁੱਪ ਕੋਨੀ ਹੈਗੀ, ਅੱਲਾ ਦੇ ਕਰਮ ਨਵਾਜ਼ੀ, ਕੱਲ੍ਹ ਦੀ ਬੜੀ ਰਹਿਮਤਾਂ, ਠੰਡੀ ਠੰਡੀਆਂ ਹਵਾਵਾਂ, ਠੰਡਾ ਠੰਡਾ ਪਿਆਰਾ ਜਿਹਾ ਮੌਸਮ, ਅਲਹਮਦੁਲਿਲਾ। ਚੀਜ਼ੀ ਖਾ ਲਈ ਆਸ਼ਾ? ਅਤੇ ਫਿਰ ਹੁਣ ਕਿੱਧਰ ਵਹਿਨੀ ਹੈ ਭਈਆ? ਅਲਗਾ ਤੋਂ ਵਹਿਨੀ ਹੈ ਭਈਆ ਵੀ ਖਾਣ ਡਿਆ, ਅਤੇ ਮੈਂ ਆਪਣੇ ਜੋਗਾ ਲਿਆਂਦਾ ਇੱਕ ਬਨਾਨਾ ਦਾ, ਆ ਵੀ ਖਾਣਾ। ਆਹ ਦੋਸਤੋ ਕੱਪੜੇ ਵਗੈਰਾ ਹੁਣ ਚੇਂਜ ਕਰ ਲੈਣਾ, ਬਿਸਮਿਲ੍ਲਾ ਪੜ੍ਹ ਕੇ ਸ਼ੁਰੂ ਹੋ ਜਾਈਏ ਆਪਣੇ ਕੰਮ ਨੂੰ ਸਾਰ ਅੰਜਾਮ ਤੇ ਪਹੁੰਚਾਈਏ। ਅਲਹਮਦੁਲਿਲਾ ਕਾਫੀ ਕੰਮ ਜਿਹੜਾ ਨਾ ਮੇਰਾ ਖਤਮ ਹੋ ਗਿਆ, ਸਮਝ ਲਓ ਕਿ 50% ਮੁੱਕ ਗਿਆ, 50% ਰਹਿ ਗਿਆ। ਸਿਰਫ ਔਰ ਸਿਰਫ ਆ ਰੋੜੇ ਬਹੁਤ ਨੇ, ਇਹਨਾਂ ਨੂੰ ਚੁੱਕ ਕੇ ਉਧਰ ਨੁੱਕਰ 'ਚ ਜੋੜਨੇ ਨੇ, ਉੱਧਰਲੀਆਂ ਸਾਰੀਆਂ ਇੱਟਾਂ ਜਿਹੜੀਆਂ ਨੇ ਨਾ ਇੱਧਰਲੇ ਪਾਸੇ ਇਸ ਤਰ੍ਹਾਂ ਜੋੜ ਕੇ ਪਰਾਂ ਕਰ ਦੇਣੀਆਂ ਨੇ। ਫਿਲਹਾਲ ਹੋ ਗਿਆ ਵਕਫਾ ਬਰਾਏ ਚਾਏ, 4 ਵਜੇ ਦੀ ਚਾਏ ਹੁਣ ਮਿਲੀ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਗਰਮਾ ਗਰਮ ਚਾਏ, ਆਏ ਹਾਏ ਆਏ ਹਾਏ। ਅਲਹਮਦੁਲਿਲਾ ਜੀ, ਆਹ ਜਿਹੜੀ ਰੋੜੀ ਹੈ ਸਾਰੀ ਆਪਣੀ ਗਈ ਹੈ ਪੂਰੀ ਹੋ। ਹੁਣ ਇਹ ਜਿਹੜੀ ਰੋੜੀ ਹੈ ਨਾ, ਇਹਨੂੰ ਇੱਥੇ ਕਿਤੇ ਨਾਲ ਕਰ ਦਿੰਦੇ ਹਾਂ, ਤਾਂ ਉਹਨੂੰ ਇਸ ਤਰ੍ਹਾਂ ਰੇਪ ਜੀ ਕਰਕੇ ਢੇਰੀ ਲਾ ਦਿੰਦੇ ਹਾਂ। ਆਪਣਾ ਤਾਂ ਕੰਮ ਤਮਾਮ ਹੋ ਗਿਆ, ਬੇਗਮ ਸਾਹਿਬਾ ਨੂੰ ਕਹਿੰਦੇ ਝਾੜੂ ਮਾਰ ਕੇ ਸਾਰੇ ਵਿਹੜੇ ਦੀ ਸਫਾਈ ਕਰ ਦੇ। ਕੰਮ ਤੋਂ ਵਿਹਲੇ ਹੋ ਕੇ, ਨਹਾ ਧੋ ਕੇ, ਫਰੈਸ਼ ਹੋ ਕੇ ਅਤੇ ਮੰਜੀ ਡਾ ਕੇ ਆਪਾਂ ਤਾਂ ਬਹਿ ਗਏ ਛੱਤ 'ਤੇ, ਕਿਉਂਕਿ ਥੱਕ ਹੀ ਬਹੁਤ ਟੁੱਟ ਗਿਆ, ਜਿਸਮ ਇਹਦਾ ਦਰਦਾਂ ਨਾਲ ਥੱਕ ਟੁੱਟ ਗਿਆ। ਹਾਂ, ਚੀਜ਼ ਜਿਹੜੀ ਅੱਗੇ ਲਿਆਉਂਦੀ ਸੀ ਉਹਦੇ ਵਿੱਚ ਇੱਕ ਪੈਕਟ ਬਚ ਗਿਆ, ਅੰਮ੍ਰਿਤ ਬਹਿ ਕੇ ਖਾਣ ਡਿਆ, ਐਸਾ ਵੀ ਬਹਿ ਕੇ ਖਾਣ ਡੀ ਮਾਮਾ ਥੱਲੇ ਸਫਾਈ ਕਰਨ ਡੀ। ਇਹ ਮਾਮਾ ਨੂੰ ਤੰਗ ਬੜੇ ਕਰਦੇ ਨੇ, ਅਤੇ ਮੈਂ ਉੱਤੇ ਮੰਜੀ ਲੈ ਕੇ ਆ ਗਿਆ, ਮੇਰੇ ਕੋਲ ਉੱਤੇ ਬਹਿ ਕੇ ਨਾ ਖੇਡਣ ਡੇ ਨੇ ਦੋਨੇ ਨਮੂਨੇ। ਚੀਜ਼ੀ ਖਾਣ ਡਿਆ, ਮੈਨੂੰ ਨਹੀਂ ਦੇਣੀ, ਪਾਪਾ ਨੂੰ ਨਹੀਂ ਦੇਣੀ,
ਇੱਥੇ ਰੱਖਣ ਡਿਆ ਪਾਪਾ ਵਾਸਤੇ। ਕੀ ਹੈ? ਸ਼ਾਬਾਸ਼ੀ ਪਿਆਰਿਆ ਲੱਡੂਆ। ਅਸ਼ਹਦੁ ਅਨ ਮੁਹੰਮਦ ਰਸੂਲੁਲ੍ਲਾਹ। ਕਿਆ ਵਿਊ ਆ ਰਿਹਾ ਯਾਰ, ਆਸਮਾਨ ਦਾ ਵੀ ਆਸ਼ਟ। ਦੋਸਤੋ ਟਾਈਮ ਹੋ ਗਿਆ 8:30 ਦਾ ਅਤੇ ਅਸੀਂ ਮਗਰਬ ਤੋਂ ਬਾਅਦ ਦੇ ਬੈਠੇ ਸਾਂ ਉਦੋਂ ਦੇ ਛੱਤ ਦੇ ਉੱਤੇ ਹੀ। ਹੁਣ ਮੈਂ ਮੂਡ ਬਣਾਇਆ, ਮੈਂ ਕਿਹਾ ਚੱਲੀਏ ਅੱਡੇ 'ਤੇ, ਉੱਥੋਂ ਕੋਈ ਨਾ ਕੋਈ ਸ਼ੈ ਖਾਣ ਪੀਣ ਵਾਸਤੇ ਲੈ ਕੇ ਆਈਏ। ਕੋਈ ਥੋੜ੍ਹਾ ਜਿਹਾ ਦਾੜ ਨੂੰ ਵੀ ਦਰਦ ਸੀ ਇਸ ਵਜ੍ਹਾ ਤੋਂ, ਅਤੇ ਉੱਥੇ ਗਏ ਜਨਾਬ ਉਹਨਾਂ ਕੋਲੋਂ ਅੱਡੇ ਤੋਂ। ਉੱਥੋਂ ਆ ਦਵਾਈ ਲੈ ਕੇ ਆਇਆ, ਮਤਲਬ ਇੱਕ ਖੁਰਾਕ ਮੈਂ ਉੱਥੇ ਦੁਕਾਨ 'ਤੇ ਖਲੋਤਿਆ ਖਾ ਲਈ ਅਤੇ ਇੱਕ ਖੁਰਾਕ ਇਹਦੇ ਵਿੱਚ, ਅਤੇ ਦੂਸਰੇ ਨੰਬਰ 'ਤੇ ਇੱਕ ਆ ਛੁਹਾਰਵਾਂ ਲੈ ਕੇ ਆਇਆ ਹੁਣ, ਅਤੇ ਤੀਸਰੇ ਨੰਬਰ 'ਤੇ ਜਨਾਬ ਆ ਜੀ ਇੱਕ ਇਹ ਲੈ ਕੇ ਆਇਆ ਵਾਂ। ਛਾਪਰ 'ਚੋਂ ਕੱਢੋ, ਇਹ ਦੇਖੋ ਜੀ, ਉਹ ਸਿੱਧਾ ਹੋ, ਇਹ ਦੇਖੋ ਜੀ, ਯਾਨੀ ਕਿ ਹਾਫ ਲੀਟਰ ਆਈਸਕ੍ਰੀਮ ਦਾ ਪੈਕਟ ਲੈ ਕੇ ਆਇਆ। ਅਤੇ ਮੈਂ ਕਿਹਾ ਚਲੋ ਇਹ ਵੀ ਦਾਲ ਵਾਸਤੇ ਚੰਗੀ ਹੁੰਦੀ ਹੈ ਠੰਡੀ, ਅਤੇ ਅੱਜ ਵੈਸੇ ਦਿਲ ਕਰ ਪਿਆ ਸ਼ੁਹਾਰ ਨੂੰ, ਅਤੇ ਮੈਂ ਕਿਹਾ ਚਲ ਇੱਕ ਪੀਸ ਇਹ ਵੀ ਲਈ ਜਾਂਦੇ ਹਾਂ, ਇਹ ਬਹਿ ਕੇ ਮਜ਼ੇ ਦੇ ਨਾਲ ਖਾਂਦੇ ਹਾਂ। ਅਸੀਂ ਨਾ ਸ਼ੁਹਾਰਵੇਂ ਦੀ ਇਨਬੋਕਸਿੰਗ ਕਰ ਲਈ, ਤੁਸੀਂ ਵੀ ਕਹੋਗੇ ਕਿ ਇਨਬੋਕਸਿੰਗ ਸ਼ੁਹਾਰਵੇਂ ਦੀ ਵੀ ਕਰੀ ਦੀ ਹੈ। ਇਹ ਵੇਖੋ ਜੀ, ਅਸੀਂ ਆ ਬੰਦੇ 4, ਦੋ ਮੇਰੇ ਨਾ ਇਹ ਬਲੂਨ ਨੇ ਅਤੇ ਦੋ ਜੀ ਅਸੀਂ ਹੈ, ਸ਼ੁਹਾਰਵਾਂ ਇੱਕ, ਅਤੇ ਫਿਰ ਇੰਝ ਤਾਂ ਨਹੀਂ ਨਾ ਮਜ਼ਾ ਆਉਣਾ ਹੈ। ਇਹਦੀ ਇਨਬੋਕਸਿੰਗ ਕਰ ਲਈਏ, ਬੱਚੇ ਨੇ ਆ ਬ੍ਰੈਡ ਖਾਂਦੇ ਨੇ ਸ਼ੌਕ ਦੇ ਨਾਲ, ਹੈਂ, ਅਤੇ ਇਹਨਾਂ ਨੂੰ ਬ੍ਰੈਡ ਖਵਾਵਾਂਗੇ ਇਸ ਤਰ੍ਹਾਂ। ਆ ਦੇਖੋ ਜੀ ਮੇਰੀ ਪਾਈ ਆਸ਼ਾ, ਆ ਮਤਲਬ ਕੀਮਾ ਲਾ ਕੇ ਖਵਾਉਂਦੇ ਹਾਂ ਬ੍ਰੈਡ। ਵਾਹ ਜੀ ਵਾਹ, ਕਿਆ ਬਾਤ, ਮਜ਼ੇਦਾਰ ਹੈ ਆਸ਼ਾ, ਮਜ਼ੇਦਾਰ, ਕਿਆ ਬਾਤ ਹੈ। ਇੱਥੋਂ ਇੱਕ ਆਪਣਾ ਨਵਾਲਾ ਵੀ ਬਣਾ ਲਈਏ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਓਏ ਹੋਏ ਹੋਏ ਹੋਏ, ਆਹ ਕੰਮ ਤਾਂ ਪਹਿਲੀ ਵਾਰੀ ਕੀਤਾ, ਖੋਲ੍ਹ ਖੋਲ੍ਹ ਕੇ ਅਤੇ ਇਹਦੇ ਨਾਲ ਸਾਰਾ ਹੀ ਕੰਮ ਖਿਲਰ ਜਾਣਾ। ਇਸ ਪਾਸੇ ਲੱਗਾ ਹੀ ਉਹ ਕੀ ਉਹਨੂੰ ਆਉਂਦੇ ਨੇ, ਓ ਮਾਇਓਨੀਜ਼। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਉੱਤੇ ਆਇਆ ਜੀ ਆਪਣਾ ਕੈਚਅਪ ਦਾ ਥੋੜ੍ਹਾ ਜਿਹਾ ਟੱਚ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ੁਹਾਰਵੇਂ ਤੋਂ ਬਾਅਦ ਹੁਣ ਵਾਰੀ ਆ ਗਈ ਜਨਾਬ ਵਾਲੀ ਆਈਸਕ੍ਰੀਮ ਦੀ। ਆਈਸਕ੍ਰੀਮ ਦੀ ਵੀ ਇਨਬੋਕਸਿੰਗ ਕਰ ਲਈ। ਬਿਸਮਿਲ੍ਲਾ ਕਰਨ ਲੱਗੇ ਹਾਂ ਜਨਾਬ ਵਾਲੀ। ਗਿਰੀਆਂ ਬਦਾਮ ਵਿੱਚ ਬੜਾ ਜਿਹਾ ਮਾਲ ਹੈ, ਜਿਹੜੀ ਮਤਲਬ ਇੱਕ 270 ਦੀ ਸੀ ਹਾਫ ਲੀਟਰ, ਇੱਕ 290 ਦੀ, ਮੈਂ 290 ਦੀ ਲਿਆਂਦੀ, ਯਾਨੀ ਕਿ ਅੱਛੀ ਲਿਆਂਦੀ ਵੇਖ ਕੇ। ਵੇਖੋ ਹੁਣ ਇਕੱਲੀ ਪੈਸੇ ਜ਼ਿਆਦਾ ਨੇ ਜਾਂ ਚੀਜ਼ ਦਾ ਵੀ ਜ਼ਾਇਕਾ ਦੁੱਕਾ ਹੋਣਾ। ਇੱਦਾਂ ਦੀ ਚੀਜ਼ ਦਾ ਗਰਮੀ 'ਚ ਮਜ਼ਾ ਆਉਂਦਾ ਹੈ, ਲੇਕਿਨ ਮੌਸਮ ਅੱਲਾ ਪਾਕ ਨੇ ਕੱਲ੍ਹ ਦਾ ਬਿਹਤਰ ਕੀਤਾ। ਹੈਲੋ ਜੀ, ਮੈਂ ਮੁੱਕੀ ਵੀ ਖਾਏ, ਮੈਂ ਮੁੱਕੀ ਖਾਇਆ ਹੋਇਆ ਆ ਅਮਨ ਕਿੱਦਾਂ ਖਾਣ ਡਿਆ? ਅਮਨ ਦਾ ਤਾਂ ਸਟਾਈਲ ਹੀ ਮੈਂ ਹੁਣ ਵੇਖਿਆ, ਇੱਦਾਂ ਲਾ ਕੇ ਨਾ ਥੱਲੜੇ ਪਾਸੇ ਅਤੇ ਬਸ ਜੀਭ ਦੇ ਨਾਲ ਚੱਟਦਾ, ਇਹਨੂੰ ਕੁਲਫੀ ਵੀ ਦਈਏ, ਕੁਲਫੀ ਵੀ ਜੀਭ ਨਾਲ ਚੱਟਦਾ। ਇੱਦਾਂ ਨਹੀਂ ਖਾਈਦੀ, ਇੱਦਾਂ ਲਾ ਕੇ ਨਾ ਆਵੇ ਅਤੇ ਇੱਦਾਂ ਖਾਓ। ਹਲੋ ਫੁੱਕਾ ਖੋ, ਗੰਦਾ ਨਾ ਹੋਏ ਤੇ ਹਾਏ, ਮਜ਼ਾ ਮਜ਼ੇ ਜੈਕੇਦਾਰ, ਕਰਾਕੇਦਾਰ, ਮਜ਼ੇਦਾਰ।
ਆਹੇ ਤੇਰੀ ਰਹਿੰਦੀ ਏ, ਮੇਰੀ ਧੀ ਦਾ ਵੀ ਬੁੱਗਾ ਖਲੋ ਗਿਆ। ਨੀਮ ਚੁੱਦੇ ਜਾਵਾਂ ਉਹ ਇੱਧਰ ਨੂੰ ਨਾ ਕੱਢੀ ਜਾ, ਇੱਕ ਪਲੇਟ ਚੋਂ ਬਾਹਰ ਆ ਜਾਣੀ ਆ। ਇਸ ਵਲੋਗ ਦਾ ਕਰੀਏ ਇੱਥੇ ਐਂਡ, ਇਨਸ਼ਾਅੱਲਾ ਫਿਰ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੋਗ 'ਚ। ਅਗਲੇ ਵਲੋਗ ਤੱਕ ਆਪਣਾ ਅਤੇ ਆਪਣੇ ਪਿਆਰਿਆਂ ਦਾ ਬਹੁਤਾ ਬਹੁਤਾ ਖਿਆਲ ਰੱਖਿਓ ਅਤੇ ਮੈਨੂੰ ਦੁਆਓ ਯਾਦ ਰੱਖਿਓ। ਬਹੁਤ ਸਾਰਾ ਪਿਆਰ, ਅੱਲਾ ਹਾਫਿਜ਼।